हाल चाल है ਤੁਹਾਡੇ ਸਾਰਿਆਂ ਦਾ ਵੈਲਕਮ ਹੈ ਤੁਹਾਡਾ ਆਪਣਾ ਚੈਨਲ ਹੈਗਾ ਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਿਮਰਨ ਕੈਨਲ ਪਟਿਆਲਾ ਆਪਾਂ ਤੁਹਾਡੇ ਲਈ ਨਵੇਂ ਪਪੀਜ਼ ਲਈ ਨਵੇਂ ਡੋਗਸ ਦੀ ਬਰੀਡਸ ਦੀ ਸਾਰੀ ਜਾਣਕਾਰੀ ਲੈ ਕੇ ਆਉਂਦੇ ਹਾਂ ਅਤੇ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਗਾਈਜ਼ ਤੁਸੀਂ ਵੀਡੀਓ 'ਚ ਪਹਿਲਾਂ ਦੇਖੇ ਹੀ ਆਪਾਂ ਤੁਹਾਨੂੰ ਡੋਗਸ ਸਾਰੇ ਦਿਖਾਏ ਨੇ ਮੈਂ ਅੱਜ ਆਇਆ ਹਾਂ ਕੈਨਲ ਵਿਜ਼ਿਟ ਕਰਨ ਮੇਰੇ ਨਾਲ ਹੈ ਆਪਣਾ ਬ੍ਰਦਰ ਹੈਪੀ ਹੋਰ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਹੋ ਅਤੇ ਇਹਨਾਂ ਦਾ ਇਹ ਜਿਹੜਾ ਸਟੱਡ ਡੋਗ ਹੈ ਜੀ ਇੰਡੀਅਨ ਸਪਿਟਸ ਦੀ ਬਰੀਡ ਹੈ ਅਤੇ ਇਹਦੇ ਬਾਰੇ ਕੁਛ ਤੁਹਾਡੇ ਨਾਲ ਗੱਲਾਂ ਕਰਾਂਗੇ ਅੱਗੇ ਮੋਮੈਂਟੋ ਪਏ ਨੇ ਜਿਹੜੇ ਇਹ ਸਾਡੇ ਡੋਗ ਨੇ ਜਿੱਤੇ ਹੋਏ ਨੇ ਕੁਆਲਿਟੀ ਵਾਈਜ਼ ਲਾ ਲਓ ਜਿਵੇਂ ਵੀ ਲਾ ਲਓ ਡੋਗ ਨੇ ਜਿੱਤੇ ਹੋਏ ਨੇ ਅਤੇ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਸਰ ਕੀ ਹਾਲ ਚਾਲ ਹੈ ਭਾਅ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹਦੀ ਆਪਾਂ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਾਂ ਏਜ ਕੀ ਹੈ ਭਾਅ ਜੀ ਏਜ ਹੈ ਜੀ 2.5 ਸਾਲ ਦੇ ਕਰੀਬ ਚਲਿਆ ਗਿਆ ਜੀ 2 ਸਾਲ ਤੋਂ ਪਲੱਸ ਹੈ ਜੀ ਅੱਛਾ ਅਤੇ ਆਪਣੀ ਘਰ ਦੀ ਬਰੀਡਿੰਗ ਦਾ ਡੋਗ ਹੈ ਜੀ ਇਹਦੇ ਮਦਰ ਫਾਦਰ ਤੁਹਾਡੇ ਕੋਲ ਹਾਂ ਜੀ ਠੀਕ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਜਿਹੜੇ ਆਪਾਂ ਅੱਗੇ ਪ੍ਰਾਈਜ਼ ਰੱਖੇ ਹੋਏ ਨੇ ਭਾਅ ਜੀ ਇਹ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਡੋਗ ਸ਼ੋਅ 'ਚ ਵਿਨ ਕੀਤੇ ਨੇ ਅਤੇ ਕਿਹੜੀ ਕਿਹੜੀ ਪੋਜੀਸ਼ਨ ਲੈ ਚੁੱਕਾ ਹੈ ਇਹਦੇ ਜਿਹੜੇ ਪ੍ਰਾਈਜ਼ ਆ ਜੀ ਇਹ ਪਟਿਆਲਾ ਡੋਗ ਸ਼ੋਅ ਦੇ ਵਿੱਚ ਅੱਛਾ ਜੀ ਅਤੇ ਰਾਜਪੁਰਾ ਡੋਗ ਸ਼ੋਅ ਦੋਨਾਂ ਡੋਗ ਸ਼ੋਅ ਦੇ ਪ੍ਰਾਈਜ਼ ਆ ਜੀ ਇਹ ਅੱਛਾ ਅਤੇ ਪਹਿਲਾਂ ਇਹਨੇ ਸ਼ੋਅ ਜਿੱਤਿਆ ਸੀ ਜਿਹੜਾ ਸਭ ਤੋਂ ਪਹਿਲਾ ਸ਼ੋਅ ਸੀ ਉਹਦੇ ਵਿੱਚ ਇਹ ਆਰ ਬੀ ਓ ਵੀ ਰਿਹਾ ਅੱਛਾ ਜੀ ਹਾਂਜੀ ਅਤੇ ਸੈਕਿੰਡ ਸ਼ੋਅ ਦੇ ਵਿੱਚ ਇਹ ਬੀ ਓ ਵੀ ਰਿਹਾ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਰਾਜਪੁਰੇ ਸ਼ੋਅ ਦੇ ਵਿੱਚ ਇਹ ਬੀ ਓ ਵੀ ਰਿਹਾ ਅੱਛਾ ਜੀ ਪਿਛਲੇ ਸਾਲ ਠੀਕ ਹੈ ਅਤੇ ਇਸ ਵਾਲੇ ਸਾਲ ਦੇ ਵਿੱਚ ਇਹ 2022 ਦੇ ਵਿੱਚ ਪਟਿਆਲਾ ਡੋਗ ਸ਼ੋਅ ਦੇ ਵਿੱਚ ਇੱਕ ਰਿੰਗ ਦੇ ਵਿੱਚ ਬੀ ਓ ਵੀ ਅਤੇ ਇੱਕ ਰਿੰਗ ਦੇ ਵਿੱਚ ਆਰ ਬੀ ਓ ਵੀ ਇਹਨੇ ਲਈ ਹੈ ਜੀ ਠੀਕ ਹੈ ਜੀ ਵਾਈਜ਼ ਬਾਕੀ ਜਿਹੜੀ ਫਰ ਕੁਆਲਿਟੀ ਹੈ ਡੋਗ ਦੀ ਬਹੁਤ ਹੀ ਅੱਛੀ ਹੈ ਇਹ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਸਟੱਡ ਸਰਵਿਸ ਵਾਸਤੇ ਬਾਈ ਜੀ ਇਹਦੀ ਸਟੱਡ ਸਰਵਿਸ ਲਈ ਆਪਣੀ ਕੀ ਰਿਕੁਆਇਰਮੈਂਟ ਆ ਉਹ ਤੁਸੀਂ ਸ਼ੇਅਰ ਕਰ ਦਿਓ ਪਲੀਜ਼ ਦੇਖੋ ਜੀ ਰਿਕੁਆਇਰਮੈਂਟ ਤਾਂ ਸਭ ਤੋਂ ਪਹਿਲਾਂ ਬੰਦਾ ਡੋਗ ਲਵਰ ਹੋਣਾ ਬਹੁਤ ਜ਼ਰੂਰੀ ਆ ਅੱਛਾ ਜੀ ਇਕੱਲੀ ਬਰੀਡਿੰਗ ਕਰਨਾ ਸਿਰਫ ਉਹ ਪਰਪਜ਼ ਨਹੀਂ ਹੁੰਦਾ ਜੇ ਬੰਦਾ ਡੋਗ ਲਵਰ ਹੋਊਗਾ ਜਾਂ ਪਿਆਰ ਕਰਨ ਵਾਲਾ ਹੋਊਗਾ ਉਸੇ ਦੇ ਘਰੇ ਬੱਚੇ ਹੋਣ ਤਾਂ ਬੈਟਰ ਹੁੰਦਾ ਉਹ ਸੰਭਾਲ ਵੀ ਕਰ ਸਕੇ ਇਹ ਤਾਂ ਹੈ ਕਿਉਂਕਿ ਬੱਚੇ ਹੋ ਜਾਣਾ ਬੱਚਿਆਂ ਦੀ ਕੇਅਰ ਨਾ ਕਰਨਾ ਬੱਚੇ ਮਰ ਜਾਣੇ ਤਾਂ ਉਹ ਤਾਂ ਇੱਕ ਨਾ ਆਪਾਂ ਕਹਿ ਦਈਏ ਪੈਸੇ ਪਿੱਛੇ ਲੱਗਣ ਵਾਲਾ ਕੰਮ ਹੋ ਜਾਂਦਾ ਜਿਹੜਾ ਬੰਦਾ ਜੀ ਕੇਅਰ ਕਰ ਸਕੇ ਉਹੀ ਨੂੰ ਬਰੀਡਿੰਗ ਕਰਾਉਣ ਦਾ ਫਾਇਦਾ ਉਹਦੇ ਲਈ ਆਪਾਂ ਡੋਗ ਛੱਡਦੇ ਹਾਂ ਜੀ ਠੀਕ ਹੈ ਠੀਕ ਹੈ ਜੀ ਅਤੇ ਇਹਦੀ ਆਪਣੀ ਰਿਕੁਆਇਰਮੈਂਟ ਕਿਵੇਂ ਭਾਅ ਜੀ ਤੁਸੀਂ ਕੈਸ਼ ਮੀਟਿੰਗ ਕਰਾਉਂਦੇ ਹੋ ਕਿ ਪੱਪੀ 'ਤੇ ਵੀ ਡੀਲ ਕਰਦੇ ਹੋ ਦੇਖੋ ਦੋਨੋਂ ਡੀਲ ਹੁੰਦੀ ਹੈ ਅੱਛਾ ਦੋਨੋਂ ਡੀਲ ਦਾ ਤੁਹਾਡੇ ਬਾਕੀ ਸਭ ਤੋਂ ਪਹਿਲੀ ਤਾਂ ਡਿਮਾਂਡ ਆਪਣੀ ਹੁੰਦੀ ਹੈ ਜਿਹੜੀ ਫੀਮੇਲ ਦੀ ਕੁਆਲਿਟੀ ਆ ਉਹ ਇਸ ਡੋਗ ਦੇ ਬਰਾਬਰ ਹੋਣੀ ਚਾਹੀਦੀ ਆ ਹਾਂ ਉਹ ਤਾਂ ਹੈ ਹੀ ਹੈ ਭਾਅ ਜੀ ਉਹ ਚੀਜ਼ਾਂ ਤੇ ਬੰਦੇ ਦੀ ਕੇਅਰ ਹੋਣੀ ਚਾਹੀਦੀ ਆ ਉਹ ਦੋਨੋਂ ਚੀਜ਼ਾਂ ਪਹਿਲਾਂ ਮੈਟਰ ਰੱਖਣੀਆਂ ਜੀ ਆਪਣੀਆਂ ਪਹਿਲਾਂ ਇਹਦੀ ਕੁਆਲਿਟੀ ਦੇ ਅਕੋਰਡਿੰਗ ਫੀਮੇਲ ਅਤੇ ਦੂਜੀ ਕੇਅਰ ਜਿਹਦੀ ਕੁਆਲਿਟੀ ਹੋਊਗੀ ਕੱਲ ਨੂੰ ਆਪਾਂ ਨੇ ਬੱਚਾ ਜਦੋਂ ਸੇਲ ਕਰਨਾ ਜੇ ਆਪਣੇ ਕਸਟਮਰ ਦੇ ਘਰੇ ਜਾ ਕੇ ਬੱਚਾ ਮਾੜਾ ਨਿਕਲਦਾ ਤਾਂ ਉਹਦਾ ਸਾਰਾ ਜਿਹੜਾ ਆਪਾਂ ਕਹਿ ਦਈਏ ਜਿਹੜੇ ਬੰਦਾ ਬਰੀਡਿੰਗ ਕਰਦਾ ਉੱਤੇ ਜਾਂਦਾ ਜੀ ਇਹ ਤਾਂ ਹੈ ਹੀ ਹੈ ਜੀ ਠੀਕ ਹੈ ਜੀ ਗੱਲ ਉਹੀ ਆ ਜਾਂਦੀ ਗਾਈ ਹਾਂ ਵੀ ਫਾਦਰ ਦਾ ਨਾਮ ਵੀ ਕਿਤੇ ਨਾ ਕਿਤੇ ਹਰਟ ਹੁੰਦਾ ਦੇਖੋ ਨਾ ਆਪਾਂ ਹੈ ਨਾ ਕੋਈ ਵੀ ਹਿਊਮਨ 'ਚ ਵੀ ਆਪਾਂ ਨੇ ਪੁੱਤਾਂ ਵਾਂਗ ਰੱਖਿਆ ਹੋਇਆ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਇਹਦਾ ਨਾਮ ਕਿਤੇ ਬਦਨਾਮ ਹੋਵੇ ਵੀ ਉਹਦੇ ਰੈਂਬੋ ਦੇ ਬੱਚੇ ਆ ਜੀ ਰੈਂਬੋ ਦੇ ਬੱਚੇ ਕਬਾੜ ਨਿਕਲ ਗਏ ਰੈਂਬੋ ਦੇ ਬੱਚੇ ਮਾੜੇ ਆ ਅਸੀਂ ਉਹ ਚੀਜ਼ ਤੋਂ ਅਸੀਂ ਇਹਦੇ ਨਾਲ ਘਰੇ ਖੜਾ ਆਪਾਂ ਨੂੰ ਐਵੇਂ ਸੋਹਣਾ ਲੱਗਦਾ ਨਹੀਂ ਵਧੀਆ ਗੱਲ ਹੈ ਬਾਈ ਦੇਖੋ ਜਿਵੇਂ ਕਿ ਮੈਂ ਦੇਖਿਆ ਹੀ ਹੈ ਸੈਟਅਪ ਬਹੁਤ ਸੋਹਣਾ ਲਾਇਆ ਹੋਇਆ ਮੈਂ ਤੁਹਾਨੂੰ ਵੀਡੀਓ 'ਚ ਵੀ ਸੈਟਅਪ ਦਿਖਾਵਾਂਗਾ ਸਾਰਾ ਸੈਟਅਪ ਬਹੁਤ ਸੋਹਣਾ ਹੈ ਨੌਲੇਜ ਬਹੁਤ ਵਧੀਆ ਬਾਈ ਨੂੰ ਸਾਰੀ ਚੀਜ਼ਾਂ ਐਨ ਓਕੇ ਆ ਬਾਕੀ ਗਾਈਜ਼ ਇਹ ਹੋ ਗਈ ਹੁਣ ਇੰਡੀਅਨ ਸਪਿਟਸ ਅਗਲੀ ਬਰੀਡ ਤੁਹਾਨੂੰ ਦਿਖਾਉਂਦੇ ਹਾਂ ਹੁਣ ਅਸੀਂ ਡਾਵਰਮੈਨ ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਅਤੇ ਗਾਈਜ਼ ਅਸੀਂ ਫਿਰ ਤੁਹਾਡੇ ਨੇ ਵੀਡੀਓ 'ਚ ਵਾਪਸ ਆ ਗਏ ਹਾਂ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਡਾਵਰਮੈਨ ਬਰੀਡ ਜਿਹੜੀ ਕਿ ਵਰਲਡ ਦੀ ਦੁਨੀਆ ਦੀ ਲਾ ਲਓ ਇੰਡੀਆ ਦੀ ਲਾ ਲਓ ਬਹੁਤ ਹੀ ਰੇਅਰ ਬਰੀਡ ਹੈ ਇਹ ਬਰੀਡ ਬਾਰੇ ਬਾਈ ਨਾਲ ਗੱਲਬਾਤ ਕਰਾਂਗੇ ਜੀ ਅਤੇ ਬਾਈ ਜੀ ਇਹਦੇ ਬਾਰੇ ਦੱਸੋ ਤੁਸੀਂ ਸਾਨੂੰ ਇਹਦਾ ਨਾਮ ਚੈਰੀ ਹੈ ਜੀ ਅੱਛਾ ਜੀ ਹਾਂਜੀ ਅਤੇ ਮੇਰੀ ਸਭ ਤੋਂ ਪਹਿਲੇ ਡੋਗ ਦੇ ਵਿੱਚ ਇਹ ਆ ਜੀ ਘਰ ਦੀ ਬਰੀਡਿੰਗ ਦੀ ਕੁੱਤੀ ਹੈ ਇਹ ਆਪਣੀ ਓਕੇ ਹਾਂਜੀ ਮੇਰੀਆਂ ਦੋ ਭੈਣਾਂ ਇਹ ਦੋਨੇ ਕੈਂਜਲ ਦੇ ਚੈਰੀ ਦੋਨੋਂ ਮੇਰੇ ਕੋਲ ਥੋੜੇ ਦੋਨੋਂ ਦੋ ਹਾਂ ਤੇ ਇਹਦੇ ਮਦਰ ਫਾਦਰ ਦਾ ਕੀ ਸਟੇਟਸ ਹੈ ਜੀ ਮਦਰ ਇਹਦਾ ਇੰਡੀਆ ਚੈਂਪੀਅਨ ਟਾਈਸਨ ਹੈ ਜੀ ਅੱਛਾ ਇੰਡੀਆ ਚੈਂਪੀਅਨ ਹੈ ਕਿਹੜੇ ਸਾਲ ਚ ਰਿਹਾ ਜੀ ਕੁੱਤਾ ਚੈਂਪੀਅਨ ਉਹ ਤਾਂ ਮੈਨੂੰ ਲੱਗਦੀ 2015-16 ਲਗਾਤਾਰ ਕਈ ਰਿੰਗ ਜਿੱਤਦਾ ਰਿਹਾ ਉਹ ਤਾਂ ਅੱਛਾ ਉਹਦੇ ਵਿੱਚ ਤਾਂ ਹੈ ਆ ਸੀਨ ਸੀ ਵੀ ਤੁਸੀਂ ਇਹ ਦੇਖੋ ਵੀ ਉਹਨੂੰ ਦੇਖ ਕੇ ਤਾਂ ਸਾਊਥ ਵਾਲੇ ਵੀ ਇਹ ਕਹਿੰਦੇ ਸੀ ਵੀ ਨਹੀਂ ਅਸੀਂ ਡੋਗ ਸ਼ੋਅ ਨਹੀਂ ਕਰਨਾ ਟਾਈਸਨ ਆ ਗਿਆ ਓਕੇ ਇੰਨਾ ਮੈਂ ਦੇਖਿਆ ਉਸ ਤੋਂ ਬਾਅਦ ਆਪਣੇ ਕੋਲ ਟਾਈਸਨ ਇਹਦਾ ਫਾਦਰ ਸਾਹਿਬ ਵੀ ਆਪਣੇ ਕੋਲ ਰਿਹਾ ਅੱਛਾ ਜੀ 2 ਸਾਲ ਆਪਣੇ ਕੋਲ ਹੁਣ ਅੱਜ ਕੱਲ ਫਰੀਦਕੋਟ ਸਾਈਡ ਉੱਤੇ ਸੇਲ ਕੀਤਾ ਜੀ ਅੱਛਾ ਹਾਂਜੀ ਮੈਂ ਦੇਖਿਆ ਵੀਰੇ ਡਾਵਰਮੈਨ ਤਾਂ ਬਹੁਤ ਹੀ ਸੋਹਣੀ ਬਰੀਡ ਹੈ ਮੈਨੂੰ ਵੀ ਬਹੁਤ ਜੈਨੂਅਨਲੀ ਗਾਈਜ਼ ਮੈਨੂੰ ਬਹੁਤ ਦਿਲੋਂ ਵਧੀਆ ਲੱਗਣ ਵਾਲੀ ਬਰੀਡ ਹੈ ਅਤੇ ਤੁਹਾਨੂੰ ਇੱਕ ਮੈਂ ਹੋਰ ਗੱਲ ਦੱਸਣੀ ਭੁੱਲ ਗਿਆ ਸੋਰੀ ਇਹ ਜਿਹੜੀ ਤੁਸੀਂ ਚੈਰੀ ਦੇਖ ਰਹੇ ਹੋ ਜਿਹੜਾ ਆਪਣਾ ਬਾਈ ਪੂਰਾ ਹੋ ਗਿਆ ਆਰਆਈਪੀ ਸਿੱਧੂ ਮੂਸੇ ਵਾਲਾ ਬਾਈ ਉਹਦੇ ਇੱਕ ਗਾਣੇ ਦੇ ਸ਼ੂਟ 'ਚ ਇੱਕ ਚੈਰੀ ਹੈ ਅਤੇ ਇੱਕ ਇਹਦੀ ਭੈਣ ਐਂਜਲ ਹੈ ਦੋਨੇ ਫੀਮੇਲਸ ਉਹ ਗਾਣੇ ਦੇ ਸ਼ੂਟ 'ਚ ਹੈ ਉਹਦਾ ਵੀ ਤੁਹਾਨੂੰ ਅਸੀਂ ਪੋਸਟਰ ਦਿਖਾ ਦਾਂਗੇ
ਤਕਰੀਬਨ ਇਹ 4 ਸਾਲ ਦੇ ਜਿਹੜੇ ਬੰਦੇ ਨੇ ਘੋੜਾ ਤੇ ਡਾਵਰਮੈਨ ਰੱਖਣਾ ਇਹ ਇੱਕ ਬਰਾਬਰ ਨੇ ਦੋਨੋਂ ਇਹ ਡੇਲੀ ਦੀ ਐਕਸਰਸਾਈਜ਼ ਘੋੜੇ ਵਾਂਗ ਮੰਗਦੇ ਨੇ ਤੇ ਉਦਾਂ ਹੀ ਖੁਰਾਕ ਮੰਗਦੇ ਨੇ ਅੱਛਾ ਜੀ ਹਾਂਜੀ ਤੇ ਭਾਜੀ ਜਿਵੇਂ ਕਿ ਹੁਣ ਆਪਾਂ ਸੈਗਮੈਂਟ ਦੀ ਗੱਲ ਕਰ ਲਈਏ ਡਾਵਰਮੈਨ ਚ ਦੋ ਸੈਗਮੈਂਟ ਆਉਂਦੇ ਨੇ ਹਨਾ ਜੀ ਯੂਰਪੀਨ ਤੇ ਅਮਰੀਕਨ ਇਹ ਕਿਹੜੇ ਸੈਗਮੈਂਟ ਹੈ ਇਹ ਅਮਰੀਕਨ ਹੈ ਜੀ ਅੱਛਾ ਇਹ ਅਮਰੀਕਨ ਆ ਹਾਂਜੀ ਅਮਰੀਕਨ ਆ ਜਿਹੜੇ ਯੂਰਪੀਅਨ ਹੁੰਦੇ ਨੇ ਆਪਣੇ ਕੋਲ ਤੁਹਾਨੂੰ ਦਿਖਾਵਾਂਗੇ ਐਗਜ਼ੋਟਿਕ ਕਲਰ ਆਈ ਆਪਣੇ ਕੋਲ ਰੇਅਰ ਕਲਰ ਆ ਬਲੂ ਬੱਚਾ ਬਲੂ ਐਂਡ ਟੈਨ ਉਹ ਜੀ ਆਪਣਾ ਯੂਰਪੀਅਨ ਆ ਤੇ ਇਹ ਹੈਗੀ ਜੀ ਆਪਣੀ ਅਮਰੀਕਨ ਆਪਾਂ ਉਹ ਵੀ ਦਿਖਾਵਾਂਗੇ ਇਹ ਇਕੱਲੇ ਸਿੱਧੂ ਬਾਈ ਦੇ ਸੌਂਗ 'ਚ ਨਹੀਂ ਆਈ ਉਸ ਤੋਂ ਬਾਅਦ ਆਪਣਾ ਲੋਪੋ ਸਿੱਧੂ ਦੇ ਸੌਂਗ ਦੇ ਵਿੱਚ ਵੀ ਆਈ ਆ ਇਹ ਉਸ ਤੋਂ ਬਾਅਦ ਆਪਣੇ ਜਸ ਬਾਜਵਾ ਵੀਰ ਦੇ ਨਾਲ ਵੀ ਆਈ ਆ ਜੀ ਇਹ ਤਿੰਨ ਸੌਂਗ ਦੇ ਵਿੱਚ ਜਿਹਨੂੰ ਕਹਿੰਦੇ ਨਾ ਤਾਰੀਫ ਕਰਨ ਵਾਲੀ ਚੀਜ਼ ਹੈ ਜੀ ਮੇਰੇ ਤਾਂ ਹੱਥ 'ਚ ਕੋਲ ਹੈ ਮੈਂ ਫੀਲ ਕਰ ਰਿਹਾ ਬੋਡੀ ਸਟਰਕਚਰ ਨੇਚਰ ਸਭ ਤੋਂ ਵਧੀਆ ਭਾਜੀ ਹੈ ਨਾ ਨੇਚਰ ਇੰਨਾ ਕਾਮ ਹੈ ਮੈਂ ਇਹਦੇ ਨਾਲ ਕਿੰਨਾ ਚਿਰ ਹੋ ਕੇ ਖੇਡਿਆ ਮੈਨੂੰ ਆਪਣੇ ਹੱਥ ਨਾਲ ਫੀਡ ਕੀਤਾ ਮੈਂ ਇਹਦੇ ਮੂੰਹ 'ਚੋਂ ਵੀ ਫੀਡ ਕੱਢ ਕੇ ਬਾਹਰ ਕੱਢੀ ਹੈ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੀ ਨਹੀਂ ਕੋਈ ਕਹਿ ਨਹੀਂ ਸਕਦਾ ਵੀ ਡਾਵਰਮੈਨ ਐਵੇਂ ਆ ਬਟ ਇਹ ਕੀ ਚੀਜ਼ ਹੈ ਗਾਈਜ਼ ਇਹ ਸਿਰਫ ਦੇ ਸਿਰਫ ਬਾਈ ਦਾ ਇਹਦੇ ਨਾਲ ਪਿਆਰ ਹੈ ਤੇ ਪਲੱਸ ਟ੍ਰੇਨਿੰਗ ਹੈ ਕਿਉਂ ਬ੍ਰਦਰ ਵੀਰੇ ਪਤਾ ਕੀ ਚੱਕਰ ਹੁੰਦਾ ਆਪਾਂ ਕਿਸੇ ਬਰੀਡ ਨੂੰ ਬਦਨਾਮ ਕਰਨਾ ਬਹੁਤ ਸੌਖਾ ਹੁੰਦਾ ਉਹਦੀ ਵਜ੍ਹਾ ਆਪਾਂ ਜੇ ਉਹ ਬਰੀਡ ਨੂੰ ਪਿਆਰ ਕਰੀਏ ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ ਇਹ ਤਾਂ ਹੈ ਜੀ ਲੋਕਾਂ ਦੇ ਦਿਲਾਂ ਦੇ ਵਿੱਚ ਜਿੱਦਾਂ ਪਿੱਟਬੁੱਲ ਵਾਸਤੇ ਖੌਫ ਹੈ ਨਾ ਵੀ ਇਹ ਕਰ ਦੇਣਗੇ ਉਦਾਂ ਡਾਵਰਮੈਨ ਵਾਸਤੇ ਵੀ ਖੌਫ ਨਹੀਂ ਹੈ ਪਰ ਮੈਂ ਕਹਿੰਦਾ ਵੀ ਇਹ ਬਰੀਡ ਇੰਨੀ ਸੋਹਣੀ ਆ ਮਾਲਕ ਦੇ ਪ੍ਰਤੀ ਇੰਨੀ ਵਫਾਦਾਰ ਆ ਰਾਖੀ ਲਈ ਬਹੁਤ ਰਾਖੀ ਲਈ ਇੰਨੀ ਤੁਸੀਂ ਇਹ ਮੰਨੋਗੇ ਇਹਨੂੰ ਸਾਰੀ ਰਾਤ ਨੂੰ ਬੈਠਣਾ ਨਹੀਂ ਆਉਂਦਾ ਆਪਾਂ ਸੁੱਤੇ ਹੁੰਦੇ ਹਾਂ ਇਹਨੂੰ ਇਹ ਹੁੰਦਾ ਵੀ ਮੈਂ ਉੱਥੇ ਵੀ ਲੱਭ ਲਵਾਂ ਮੈਨੂੰ ਕੋਈ ਟੱਕਰ ਨਾ ਜਾਵੇ ਮੇਰੇ ਮਾਲਕ ਦੇ ਕੋਲ ਨਾ ਆਵੇ ਹੁਣ ਤੁਸੀਂ ਇਹਦੇ ਨਾਲ ਖੇਡੇ ਹੋ ਮੈਂ ਨਾਲ ਬੈਠਣਾ ਤੁਸੀਂ ਖੇਡ ਵੀ ਲਏ ਫੀਡ ਵੀ ਕਰ ਲਿਆ ਸਾਰਾ ਕੁਛ ਕਰ ਲਿਆ ਤੁਹਾਨੂੰ ਕੁਛ ਕਿਹਾ ਲੋਕਾਂ ਨੇ ਬਦਨਾਮ ਕਰਨੇ ਵਾਲੇ ਤਾਂ ਜੀ ਬੰਦੇ ਨੂੰ ਬਦਨਾਮ ਕਰਨ ਤੋਂ ਨੀ ਛੱਡਦੇ ਵਿਚਾਰੀ ਇਹਨਾਂ ਨੇ ਕਿਹੜਾ ਬੋਲਣਾ ਠੀਕ ਆ ਜਿਹੜਾ ਬੰਦਾ ਇਹਨੂੰ ਜਿਵੇਂ ਹੈਂਡਲ ਕਰੂਗਾ ਜਿਵੇਂ ਰੱਖੂਗਾ ਆਪਾਂ ਇੱਕ ਪੰਜਾਬੀ 'ਚ ਕਹਿੰਦੇ ਹੁੰਦੇ ਹਾਂ ਵੀ ਜੇ ਜੀ ਕਹਾਂਗੇ ਤਾਂ ਜੀ ਕਹਾਵਾਂਗੇ ਸਹੀ ਜੇ ਆਪਾਂ ਇਹਨੂੰ ਪਿਆਰ ਕਰਾਂਗੇ ਤਾਂ ਪਿਆਰ ਲਵਾਂਗੇ ਵੀ ਉਹਨਾਂ ਤੋਂ ਜੇ ਆਪਾਂ ਇਹਨਾਂ ਨੂੰ ਇੱਕ ਜਗ੍ਹਾ ਬੰਨਤਾ ਪੁੱਛਿਆ ਨਹੀਂ ਫਿਰ ਉਹ ਥੋੜੀ ਚੀਜ਼ ਬਣਦੀ ਹੈ ਜੀ ਹਾਂ ਇਹ ਤਾਂ ਹੈ ਹੀ ਹੈ ਇਹ ਤਾਂ ਜੀ ਚਲੋ ਗਾਈਜ਼ ਹੁਣ ਤੁਹਾਨੂੰ ਅਸੀਂ ਦਿਖਾਤੀ ਹੈ ਬਾਈ ਦੀ ਅਮਰੀਕਨ ਫੀਮੇਲ ਹੈ ਜੀ ਇਹਦਾ ਨਾਮ ਚੈਰੀ ਹੈ ਤੇ ਇਹ ਹੈਗੀ ਡਾਇਰੈਕਟ ਡੋਟਰ ਆਫ ਇੰਡੀਆ ਚੈਂਪੀਅਨ ਟਾਈਸਨ ਡੋਗ ਦੀ ਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜਰਮਨ ਸ਼ੈਫਰਡ ਬਰੀਡ ਲਓ ਜੀ ਗਾਈਜ਼ ਫਿਰ ਵੈਲਕਮ ਹੈ ਤੁਹਾਡਾ ਵੀਡੀਓ 'ਚ ਵੀਡੀਓ 'ਚ ਤੁਸੀਂ ਸਾਡੇ ਨਾਲ ਬਣੇ ਰਹੋ ਬਲੌਗ 'ਚ ਬਹੁਤ ਹੀ ਐਕਸਾਈਟਡ ਚੀਜ਼ਾਂ ਦਿਖਾਵਾਂਗੇ ਹੁਣ ਕੀ ਜਿਵੇਂ ਤੁਹਾਡੇ ਨਾਲ ਗੱਲ ਕੀਤੀ ਸੀ ਜਰਮਨ ਸ਼ੈਫਰਡ ਦਿਖਾਵਾਂਗੇ ਹੁਣ ਆਪਣੇ ਕੋਲ ਆ ਗਿਆ ਬਲੈਕ ਮਾਸਕ ਜਰਮਨ ਸ਼ੈਫਰਡ ਬਾਈ ਜੀ ਇਹਦੇ ਬਾਰੇ ਦੱਸੋ ਡਿਟੇਲਸ ਜੀ ਇਹ ਡਾਇਰੈਕਟ ਜਰਮਨੀ ਮੌੜ ਦਾ ਸਨ ਅੱਛਾ ਮਦਰ ਚੈਂਪੀਅਨ ਗਰਵੀਰ ਮੈਕਸ ਅੱਛੀ ਬੱਚੀ ਹੈ ਮੈਕਸ ਦੀ ਡਾਇਰੈਕਟ ਬੱਚੀ ਦੀ ਡਾਇਰੈਕਟ ਬੱਚੀ ਦੇ ਫਾਦਰ ਡਾਇਰੈਕਟ ਜਰਮਨੀ ਮੌੜ ਦਾ ਹਾਂਜੀ ਤੇ ਇਹ ਹਜੇ ਹੋਇਆ ਜੀ 11.5 ਮਹੀਨੇ ਦਾ ਹੋ ਗਿਆ ਜੀ ਡੋਗ ਇਹ ਅੱਛਾ ਹਾਂਜੀ ਬਾਈ ਤੁਸੀਂ ਲੈਂਥ ਦੇਖ ਸਕਦੇ ਹੋ ਕਿੰਨਾ ਡੋਗ ਲੈਂਥੀ ਆ ਆਹ ਚੈੱਕ ਕਰੋ ਲੈਂਥ ਬਹੁਤ ਜ਼ਿਆਦਾ ਲੈਂਥੀ ਹੈ ਖੇਡਦਾ ਥੋੜਾ ਉਹਦੇ ਕਰਕੇ ਪਲੇਇੰਗ ਹੋਣ ਕਰਕੇ ਖੜ ਨਹੀਂ ਰਿਹਾ ਪ੍ਰੋਪਰ ਜਦੋਂ ਸਟੈਗ ਜਿਵੇਂ ਕਿ ਤੁਹਾਨੂੰ ਵੀ ਪਤਾ ਹੀ ਹੈ ਜਿਹੜਾ ਕਿਹੜਾ ਬੰਦਾ ਜਰਮਨ ਸ਼ੈਫਰਡ ਬਰੀਡ ਨੂੰ ਪਿਆਰ ਕਰਦਾ ਹੈ ਵੀ ਇਹ ਲਾ ਲਓ ਵੀ ਇਹ ਡੋਗਸ ਦੇ ਸਪੋਰਟਸਮੈਨ ਨੇ ਇੰਨੀ ਕੁ ਜ਼ਿਆਦਾ એનર્ਜੀ ਆ ਹਰੇਕ ਟਾਈਮ ਇਹਨਾਂ ਨੇ ਭੱਜਣਾ ਹਰੇਕ ਟਾਈਮ ਇਹਨਾਂ ਨੂੰ ਕੋਈ ਚ ਬੰਦਾ ਚਾਹੀਦਾ ਹੀ ਚਾਹੀਦਾ ਇਹਦੀ ਭਾਜੀ ਸਟੱਡ ਸਰਵਿਸ ਦੀ ਕੀ ਰਿਕੁਆਇਰਮੈਂਟ ਹੈ ਵੀਰੇ ਸਟੱਡ ਸਰਵਿਸ ਜਿਹੜੀਆਂ ਚੰਗੀ ਕੁਆਲਿਟੀ ਦੀਆਂ ਫੀਮੇਲਾਂ ਹੋਣਗੀਆਂ ਸਾਡੇ ਕੋਲ ਆ ਕੇ ਕਿਉਂਕਿ ਡੋਗ 'ਚ ਕੋਈ ਕਮੀ ਨਹੀਂ ਠੀਕ ਹੈ ਸਭ ਤੋਂ ਬੜੀ ਗੱਲ ਚੰਗੀ ਫੀਮੇਲ ਹੋਊਗੀ ਆਪਾਂ ਬੱਚੇ ਦੇ ਵੀ ਕਰ ਲਾਂਗੇ ਸਟੱਡ ਸਰਵਿਸ ਤੇ ਆਪਾਂ ਕੈਸ਼ 'ਤੇ ਵੀ ਕਰਾਂਗੇ ਹਾਂਜੀ ਹਾਂ ਜਿਵੇਂ ਆਪਾਂ ਸਾਹਮਣੇ ਬੰਦਾ ਉਹਦੇ ਅਕੋਰਡਿੰਗ ਆਪਾਂ ਕਰ ਲਿਆ ਤੇ ਗਾਈਜ਼ ਤੁਹਾਨੂੰ ਸਭ ਤੋਂ ਘੈਂਟ ਗੱਲ ਜਿਹੜੀ ਦੱਸਣ ਲੱਗਿਆ ਹੈ ਤਾਂ ਬਲੈਕ ਮਾਸਕ ਹੈ ਪਰ ਜੇ ਜਾ ਇਹਦਾ ਨਾਮ ਹੈ ਡੇਂਜਰ ਹੋ ਜੀ ਇਹਦੀ ਲੁੱਕ ਵੀ ਪੂਰੀ ਡੇਂਜਰ ਹੈ ਬਿਲਕੁਲ ਜੀ ਤੇ ਹੁਣ ਕੀ ਜਿਵੇਂ ਆਪਣਾ ਸਭ ਤੋਂ ਵਧੀਆ ਬਰੀਡ ਬਾਈ ਨੂੰ ਜਿਵੇਂ ਕਿ ਡਾਵਰਮੈਨ ਦਾ ਸ਼ੌਂਕ ਹੈ ਬਾਈ ਨੂੰ ਮੈਨੂੰ ਵੀ ਬਹੁਤ ਚੰਗੀ ਬਰੀਡ ਲੱਗਦੀ ਹੈ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਇੰਪੋਰਟ ਲਾਈਨ ਦਾ ਬਹੁਤ ਹੀ ਜਿਹੜਾ ਰੇਅਰ ਹੈ ਸਰਪ੍ਰਾਈਜ਼ ਸੀਗਾ ਇਹ ਵੀਡੀਓ ਦਾ ਸਭ ਤੋਂ ਵੱਡਾ ਸਸਪੈਂਸ ਹੁਣ ਤੁਹਾਨੂੰ ਉਹ ਦਿਖਾਉਂਦੇ ਅਸੀਂ ਕੋਪੀ ਲਓ ਜੀ ਗਾਈਜ਼ ਫਿਰ ਤੁਹਾਡਾ ਵੀਡੀਓ 'ਚ ਵੈਲਕਮ ਹੈ ਜਿਹੜਾ ਕਿ ਤੁਹਾਡੀ ਆਹ ਵੀਡੀਓ 'ਚ ਇੱਕ ਆਪਾਂ ਬਲਾਸਟ ਲੈ ਕੇ ਆਉਣਾ ਚਾਹੁੰਦੇ ਸੀ ਇਹ ਬਲਾਸਟ ਤੁਹਾਡੇ ਸਾਹਮਣੇ ਖੜਾ ਜੀ ਬਹੁਤ ਹੀ ਰੇਅਰ ਕਲਰ ਦਾ ਡਾਵਰਮੈਨ ਹੈ ਮੈਂ ਕਹਿੰਦਾ ਵੀ ਇਹ ਕਲਰ 'ਤੇ ਮੈਂ ਸਟੱਡੀ ਵੀ ਕੀਤੀ ਹੋਈ ਹੈ ਇੰਡੀਆ 'ਚ ਲਾ ਲਓ ਗਿਣ ਕੇ
पांच या सत्त डॉग ने पूरे इंडिया च, वर्ल्ड च वो तो वीरे 100 डॉग होगा पूरे वर्ल्ड च, ये कलर है ही नहीं जी, ये बारे दसो वीरे हम सू ज्यादातर ये कलर अमेरिका दे विच है जी। अच्छा जी, हाँ जी, अपने तो बहुत रेयर है जी, क्योंकि अपने रेयर होने के कारण ही अपने ये बारे सोचे लेके आने बारे ठंड करके थोड़ा जा पेन करके डॉग नू जेडे कि डावर मैन नू लव करदे ने जां जेडे कि डावर मैन बारे पढ़दे ने उन्हां नू तां भाई पता होएगा भी गर्मी जिन्नी मर्जी च सुट दो गर्मी दा कोई प्रॉब्लम नहीं, ठंड नहीं है बर्दाश्त कर सके। इस करके हुण तुसीं देख रहे हो शाम दा टाइम है, एक तां डर रहा बेचारा उपरों कंब देखो किन्ना चीज रहा, लेकिन देखो असल दे विच इह डॉग नू वर्क कराना बहुत जरूरी हुंदा, जरूरी है जिवें मैं तुहानूं पहलां वी दस के जगिया वी घोड़े नू खाना घट पा लो पर एक्सरसाइज बहुत जरूरी है, उदा ही सेम एदी कंडीशन है जी, ये एक्सरसाइज मंगता है, इनू ठंड होने के कारण भी ये जो कन्ना की क्रॉप वो कर क्रॉपिंग करके थोड़ा जहाँ बाहर कट नहीं रहे अपना अंदर ही रखते संभाल ची, क्योंकि हर टाइम ये कोल रहना पैंदा थोड़ा जहा। वैसे मैं दिलों इन्नी खुशी हो रही है ना आ चीज़ देख के, क्योंकि मैं असल च ही डॉग लवर हाँ ये ब्रीड का, इन्नी कु ज़्यादा मैंने प्यारी लगती है ना, मैंने याद है मेरे दादा जी ने रखा होंदा सी पिंड च भी, मतलब गाइस रात नू साडे घर कोई जिवें मान लो किसी के घर कोई चीज़ घट गई वीरे वध गई किसी घर दुध लैना राशन लैना कुछ भी है ना मंगण चल जांदा, रात नू साडे घर कोई मंगण भी नहीं आंदा सी, इन्ना डरदे सी इह ब्रीड तों, बहुत ज़्यादा प्यारी ब्रीड लगती है मैनूं, इहनूं जिवें दा बना लोगे जिवें दा बन जूगा उदा ही बन जूगा, तुहानूं पहलां चैरी दिखाई आके बिलकुल फ्रेंकली होगी चैरी ते एंजल दोनों मैंने बहुत खेडियां, बहुत ज़्यादा सोहनी चीज़ है। ये अपने ब्लॉग बनाने का सब तो वड्डा कारण सी जदों इन्हें गाइज इंडस्ट्री जाना ना, क्योंकि मैं ब्रीडर हाँ मैंने पता ब्रीडिंग बारे, तो ये ब्रीड की ब्रीडिंग करके जदों ये बाई इंडस्ट्री च आएगा तुम स्टड सर्विस ओपन करोगे ब्लास्ट कर देना, ब्लास्ट कहना ब्लास्ट कहते हैं, टाइम तो दसांगे भी की होंगे की होंगे चीज़ भी बहुत सोहनी है, पता लगता मजल तो बोन साइज तो बहुत ही मतलब दिल को खुशी मिली, ब्लॉग बनाने का मैं मकसद जोड़ा मेरा सी पूरा हो गया ये चीज़ देख के। तुसी भी अपना व्यू जरूर दिओ, कमेंट करो, ब्लॉग नू लाइक शेयर जरूर करो, डिस्क्रिप्शन च तुहानू सारी डिटेल मिल जाएगी, तो साडे नाल वीडियो तक इत्थे तक बनन लई बहुत बहुत धन्यवाद। बाकी भाई हुण तुसी की मैसेज देना चाहते हो साडे व्यूअर नू? मैसेज है भी जिहड़े डॉग्स या कोई भी एनीमल कोई भी जानवर आ आपां कहिंदे इंसानां नालों भी वध करदा है ना, मोह करदा है जिहड़ा इंसान आ उह मतलब लई करदा है, लेकिन जिहड़े इन्हां नूं कोई मतलब नहीं आंदी, सिर्फ मतलब इन्ना क हुंदा भी जिहड़ा इन्हां नूं इक बुड़की रोटी दी पा दिंदा उहदी कदर करनी जाणदे आ, सब तो वध डॉग नूं प्यार करो, कोई भी जानवर आ चाहे कुत्ता है चाहे कोई बिल्ली आ चाहे कोई जानवर उहनूं प्यार करो। तो सिमरन माई दा अपने चैनल ते आण दा बहुत तहे दिलों धन्नवाद करदे आ असीं, बड़े म्यूचुअल डॉग बाई को भी ने अपने को भी ने, जिवें कि तुहानूं पता इधर की मीटिंग मैं बाई नूं दे दिंदा, पटियाले की मीटिंग बाई मैनूं दे दिंदा, बहुत साडा प्यार है। ये बाई का एक वड्डा भरा भी है धर्मेंद्र बाई, वो अज थोड़ा बिजी सके बाहर गए हुए हैं थोड़ा मैरिज से, नहीं तो तुहानूं उन्हां नाल भी मिलांदे। ओके हैप्पी वीरे, धन्यवाद बहुत बहुत ब्लॉग बनाने लई, थैंक यू गाइज, वीडियो नूं लाइक शेयर कमेंट जरूर करो जी।